ਸਾਡਾ ਪੰਜਾਬੀ ਵਿਰਸੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ। ਇੱਕ ਵਾਰ ਫਿਰ ਰੂਬਰੂ ਹੋਏ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਦੋਸਤੋ। ਪੰਜਾਬੀ ਦੋ ਗਾਣਾ ਗਾਇਕੀ ਦੇ ਬਾਦਸ਼ਾਹ ਕਹਿ ਲਈਏ ਜਾਂ ਪੰਜਾਬੀ ਗਾਇਕੀ ਦੇ ਥੰਮ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਕੌਰ, ਪੰਜਾਬੀ ਗਾਇਕੀ ਵਿੱਚ ਵੱਡੀਆਂ ਪੈੜਾਂ ਛੱਡੀਆਂ ਇਸ ਮਹਾਨ ਜੋੜੀ ਨੇ। ਅੱਜ 32 ਸਾਲ ਬਾਅਦ ਵੀ ਇਸ ਜੋੜੀ ਨੂੰ ਓਨਾ ਹੀ ਪਿਆਰ ਕਰਦੇ ਹਨ ਲੋਕ ਜਿੰਨਾ 32 ਸਾਲ ਪਹਿਲਾਂ ਲੋਕ ਕਰਦੇ ਸਨ, ਤੇ ਅੱਗੇ ਵੀ ਇਸੇ ਤਰ੍ਹਾਂ ਲੋਕ ਪਿਆਰ ਕਰਦੇ ਰਹਿਣਗੇ। ਬਹੁਤੀਆਂ ਗੱਲਾਂ ਨਾ ਕਰਦੇ ਹੋਇਆਂ ਗੱਲ ਕਰਦੇ ਹਾਂ, ਜਿਵੇਂ ਪਿਛਲੀ ਵੀਡੀਓ 'ਚ ਅਸੀਂ ਦੱਸਿਆ ਸੀ ਇੱਕ ਕਿੱਸਾ ਚਮਕੀਲਾ ਜੀ ਤੇ ਟਰੱਕ ਡਰਾਈਵਰ ਨਾਲ ਜੁੜਿਆ। ਇਸ ਵੀਡੀਓ 'ਚ ਅਸੀਂ ਦੱਸਾਂਗੇ, ਜਿਵੇਂ ਕਿ ਟਾਈਟਲ ਦਿੱਤਾ ਹੈ, ਚਮਕੀਲਾ ਤੇ ਅਮਰਜੋਤ ਦੀ ਮੁਲਾਕਾਤ ਦੌਰਾਨ ਦੀਆਂ ਕੁਝ ਗੱਲਾਂ ਬਾਤਾਂ। ਚਮਕੀਲੇ ਨਾਲ ਅਮਰਜੋਤ ਨੂੰ ਮਿਲਾਉਣ ਵਾਲਾ ਟਿੱਕੀ ਸੀ। ਦਰਅਸਲ ਅਮਰਜੋਤ ਭਾਵੇਂ ਚਮਕੀਲੇ ਤੋਂ 2 ਸਾਲ ਛੋਟੀ ਸੀ, ਪਰ ਅਮਰਜੋਤ ਨੇ ਉਸ ਤੋਂ ਪਹਿਲਾਂ ਭਰੋੜ ਉਮਰ ਦੇ ਗਾਇਕਾਂ ਪਿਆਰਾ ਸਿੰਘ ਪੰਛੀ, ਤੰਨਾ ਸਿੰਘ ਰੰਗੀਲਾ, ਸੀਤਲ ਸਿੰਘ ਸੀਤਲ, ਕਰਨੈਲ ਗਿੱਲ, ਕੁਲਦੀਪ ਮਾਣਕ ਵਰਗਿਆਂ ਨਾਲ ਗਾਇਆ ਸੀ, ਤੇ ਚਮਕੀਲੇ ਦਾ ਨਾਮ ਸੁਣ ਕੇ ਉਸਨੇ ਕਲਪਨਾ ਕਰ ਰੱਖੀ ਸੀ ਕਿ ਕੋਈ ਅੱਧਖੜ ਉਮਰ ਦਾ ਗਵਈਆ ਹੋਵੇਗਾ। ਲੇਕਿਨ 19-20 ਸਾਲ ਦੇ ਗੱਭਰੂ ਦੇ ਉਸਨੂੰ ਅਚੰਭਾ ਲੱਗਾ ਸੀ। ਉਹ ਹੱਸ ਪਈ ਤੇ ਨੱਕ ਚੜਾ ਕੇ ਬੋਲੀ ਸੀ, ਇਹ ਮੇਰੇ ਨਾਲ ਗਾ ਲਵੇਗਾ? ਅਮਰਜੋਤ ਦੇ ਮੂੰਹੋਂ ਇਹ ਗੱਲ ਸੁਣ ਕੇ ਚਮਕੀਲਾ ਕੱਚਾ ਜਿਹਾ ਹੋ ਕੇ ਬੇਇੱਜ਼ਤੀ ਮਹਿਸੂਸ ਕਰ ਰਿਹਾ ਗਿਆ ਸੀ। ਚਮਕੀਲੇ ਨੂੰ ਸ਼ਰਮ ਨਾਲ ਪਾਣੀ ਪਾਣੀ ਹੋਇਆ ਦੇਖ ਕੇ ਟਿੱਕੀ ਨੇ ਗੱਲ ਸਾਂਭੀ ਸੀ, ਤੁਸੀਂ ਇਹਦੀ ਉਮਰ ਨਾ ਦੇਖੋ, ਇੱਕ ਵਾਰੀ ਇਹਦਾ ਗੀਤ ਸੁਣੋ। ਚੱਲ ਸੁਣਾ ਚਮਕੀਲੇ। ਚਮਕੀਲੇ ਨੇ ਮੰਜੇ ਥੱਲਿਓਂ ਵਾਜਾ ਕੱਢ ਲਿਆ ਸੀ। ਟਿੱਕੀ ਬਾਈ, ਕਿਹੜਾ ਗੀਤ ਸੁਣਾਵਾਂ? ਜਿਹੜਾ ਮਰਜ਼ੀ ਸੁਣਾ ਦੇ, ਤੇਰੇ ਸਾਰੇ ਗੀਤ ਹੀ ਵਧੀਆ ਨੇ। ਟਿੱਕੀ ਨੇ ਚਮਕੀਲੇ ਦੇ ਨੰਬਰ ਬਣਾਉਣੇ ਚਾਹੇ ਸਨ। ਚਮਕੀਲੇ ਨੇ ਵਾਜੇ ਤੇ ਉਂਗਲਾਂ ਨਚਾ ਕੇ ਗੀਤ ਛੇੜ ਲਿਆ ਸੀ। ਜਦੋਂ ਤੈਨੂੰ ਮਤਲਬ ਸੀ, ਕਰਦਾ ਸੀ ਭਾਬੀ ਭਾਬੀ। ਚਮਕੀਲੇ ਦੀਆਂ ਗੀਤ ਗਾਉਂਦੇ ਵਕਤ ਹਰਮੋਨੀਅਮ ਤੇ ਕਲਾਬਾਜ਼ੀਆਂ ਲਾਉਂਦੀਆਂ ਉਂਗਲਾਂ ਦੇਖ ਕੇ ਅਮਰਜੋਤ ਦੰਗ ਰਹਿ ਗਈ ਸੀ। ਗੀਤ ਦੇ ਬੋਲ ਉਸਦੇ ਤੁਰ ਅੰਦਰ ਉਤਰ ਗਏ ਸਨ। ਚਮਕੀਲਾ ਇੱਕ ਤੋਂ ਬਾਅਦ ਇੱਕ ਗੀਤ ਸੁਣਾਉਂਦਾ ਗਿਆ ਸੀ ਤੇ ਅਮਰਜੋਤ ਮੰਤਰ ਮੁਗਧ ਹੋ ਕੇ ਬੈਠੀ ਸੁਣਦੀ ਰਹੀ ਸੀ। ਸਵੇਰ ਦੇ ਬੈਠਿਆਂ ਨੂੰ ਕਦੋਂ ਸ਼ਾਮ ਹੋ ਗਈ ਸੀ, ਉਹਨਾਂ ਨੂੰ ਗੁਜ਼ਰਦੇ ਵਕਤ ਦਾ ਰਤਾ ਵੀ ਅਹਿਸਾਸ ਨਹੀਂ ਸੀ ਹੋਇਆ। ਅਮਰਜੋਤ ਚਮਕੀਲੇ ਦੀ ਗਾਇਕੀ ਵੱਲ ਬੁਰੀ ਤਰ੍ਹਾਂ ਖਿੱਚੀ ਗਈ ਸੀ। ਸ਼ਾਮ ਨੂੰ ਅਮਰਜੋਤ ਤੇ ਪੱਪੂ ਉੱਠਣ ਲੱਗੇ ਤਾਂ ਟਿੱਕੀ ਨੇ ਉਹਨਾਂ ਨੂੰ ਪੁੱਛਿਆ ਸੀ, ਕੁਵੇਲਾ ਹੋ ਚੱਲਿਆ, ਤੁਹਾਡੇ ਰਹਿਣ ਦਾ ਕਿਤੇ ਪ੍ਰਬੰਧ ਕਰੀਏ? ਪੱਪੂ ਨੇ ਮਨਾ ਕਰ ਦਿੱਤਾ ਸੀ, ਨਹੀਂ, ਇੱਥੇ ਅਬਦੁੱਲਾਪੁਰ ਬਸਤੀ ਜਮਾਲਪੁਰ ਮੇਰੇ ਵੱਡੇ ਭਰਾ ਬਲਦੇਵ ਦੇ ਸਹੁਰੇ ਹਨ, ਅਸੀਂ ਉੱਥੇ ਜਾਵਾਂਗੇ ਤੇ ਨਾਲੇ ਸਾਡਾ ਭਰਾ ਉੱਥੇ ਹੀ ਹੈ, ਉਸਨੂੰ ਮਿਲ ਲਵਾਂਗੇ। ਠੀਕ ਹੈ, ਫਿਰ ਕੱਲ੍ਹ ਰਿਹਾਸਲ ਲਈ 10 ਵਜੇ ਤੁਸੀਂ ਮੇਰੇ ਦਫ਼ਤਰ ਪਹੁੰਚ ਜਾਣਾ। ਉਹਨਾਂ ਨੂੰ ਜਾਣ ਲੱਗਿਆਂ ਨੂੰ ਚਮਕੀਲੇ ਨੇ ਤਾਕੀਦ ਕਰ ਦਿੱਤੀ ਸੀ, ਚੰਗਾ ਪਹੁੰਚ ਜਾਵਾਂਗੇ, ਕਹਿ ਕੇ ਪੱਪੂ ਤੇ ਅਮਰਜੋਤ ਰਿਕਸ਼ਾ ਲੈ ਕੇ ਬੱਸ ਅੱਡੇ ਨੂੰ ਚਲੇ ਗਏ ਸਨ। ਉਹਨਾਂ ਦੇ ਜਾਣ ਬਾਅਦ ਟਿੱਕੀ ਚਮਕੀਲੇ ਨੂੰ ਪੁੱਛਣ ਲੱਗਾ ਸੀ, 10 ਵਜੇ ਦਾ ਟਾਈਮ ਤਾਂ ਦੇਤਾ, ਰਿਹਾਸਲ ਕਿੱਥੇ ਕਰਾਂਗੇ? ਭਾਰਤ ਨਗਰ ਚੌਂਕ ਕੋਲ ਖੱਬੇ ਪਾਸੇ ਗਲੀ ਵਿੱਚ ਚੁਬਾਰਾ ਆ, ਉੱਥੇ ਰਿਹਾਸਲ ਕਰਿਆ ਕਰਾਂਗੇ। ਚਮਕੀਲੇ ਨੇ ਪਹਿਲਾਂ ਹੀ ਸਭ ਪਰ ਬੰਦੋਬਸਤ ਕਰ ਰੱਖਿਆ ਸੀ। ਅਗਲੇ ਦਿਨ ਰਿਆਜ਼ ਸ਼ੁਰੂ ਹੋ ਗਿਆ ਸੀ। ਚਮਕੀਲੇ ਨੇ ਅਮਰਜੋਤ ਨਾਲ 8 ਗੀਤ ਤਿਆਰ ਕੀਤੇ। ਉਸ ਤੋਂ ਚੌਥੇ ਦਿਨ ਮੱਖੂ ਮੰਡੀ ਪ੍ਰੋਗਰਾਮ ਸੀ, 3 ਦਿਨ ਖੂਬ ਰਿਹਾਸਲ ਚੱਲਦੀ ਰਹੀ ਸੀ। ਚੌਥੇ ਪ੍ਰੋਗਰਾਮ ਵਾਲੇ ਦਿਨ ਜਦੋਂ ਰਾਤ ਨੂੰ 10 ਵਜੇ ਮੱਖੂ ਮੰਡੀ ਪਹੁੰਚੇ ਤਾਂ ਪ੍ਰਬੰਧਕਾਂ ਨੇ ਸੂਚਿਤ ਕੀਤਾ ਕਿ ਪ੍ਰੋਗਰਾਮ ਕੈਂਸਲ ਹੋ ਗਿਆ ਸੀ। ਚਮਕੀਲੇ ਨੇ ਬਕਾਇਆ ਰਹਿੰਦੇ ਪੈਸੇ ਲੈਣ ਢੱਕਣ ਨੂੰ ਭੇਜਿਆ ਸੀ। ਪ੍ਰਬੰਧਕਾਂ ਨੇ ਪੈਸੇ ਦੇਣ ਤੋਂ ਕੋਰੀ ਨਾ ਕਰ ਦਿੱਤੀ ਸੀ। ਜਦ ਪ੍ਰੋਗਰਾਮ ਹੀ ਕੈਂਸਲ ਹੋ ਗਿਆ ਫਿਰ ਪੈਸੇ ਕਾਹਦੇ? ਢੱਕਣ ਨੇ ਆਪਣੀ ਜੇਬ ਵਿੱਚੋਂ ਐਗਰੀਮੈਂਟ ਫਾਰਮ ਕੱਢ ਕੇ ਦਿਖਾਇਆ ਸੀ, ਆਹ ਦੇਖੋ, ਇਸ ਵਿੱਚ ਸਾਫ਼ ਲਿਖਿਆ ਹੈ ਕਿ ਪ੍ਰੋਗਰਾਮ ਚਾਹੇ ਲੱਗੇ ਚਾਹੇ ਨਾ ਲੱਗੇ, ਕਲਾਕਾਰ ਪੇਮੈਂਟ ਦਾ ਹੱਕਦਾਰ ਹੈ। ਪ੍ਰਬੰਧਕਾਂ ਨੇ ਕੋਈ ਲੱਤ ਨਹੀਂ ਸੀ ਲਾਈ ਤਾਂ ਢੱਕਣ ਨੇ ਧਮਕੀ ਦਿੱਤੀ ਸੀ, ਠੀਕ ਹੈ ਫਿਰ ਅਸੀਂ ਥਾਣੇ ਜਾਂਦੇ ਹਾਂ, ਹੁਣ ਰਾਤ ਉੱਥੇ ਹੀ ਕੱਟਾਂਗੇ ਤੇ ਸਵੇਰੇ ਤੁਹਾਨੂੰ ਬੁਲਾ ਕੇ ਗੱਲ ਕਰਾਂਗੇ। ਰੋਲਾ ਵੱਧਦਾ ਦੇਖ ਕੇ 1-2 ਸਿਆਣੇ ਬੰਦੇ ਵਿੱਚ ਪਏ ਤੇ ਉਹਨਾਂ ਨੇ ਢੱਕਣ ਨੂੰ 2000 ਰੁਪਇਆ ਖਰਚਾ ਦਵਾ ਦਿੱਤਾ ਸੀ। ਵਾਪਸ ਆਉਂਦੇ ਆ ਰਸਤੇ ਵਿੱਚ ਰੋਟੀ ਪਾਣੀ ਛਕਣ ਲਈ ਰੁਕੇ ਤਾਂ ਚਮਕੀਲੇ ਨੂੰ ਉਦਾਸ ਦੇਖ ਕੇ ਅਮਰਜੋਤ ਬੋਲੀ ਸੀ, ਸ਼ਾਇਦ ਮੈਂ ਤੁਹਾਡੇ ਲਈ ਨਹਿਸ਼ ਹਾਂ ਜਿਹੜਾ ਪਹਿਲਾਂ ਹੀ ਪ੍ਰੋਗਰਾਮ ਕੈਂਸਲ ਹੋ ਗਿਆ। ਚਮਕੀਲਾ ਅਮਰਜੋਤ ਦੇ ਚਿਹਰੇ ਨੂੰ ਨਿਰਖ ਨਾਲ ਦੇਖਦਾ ਹੋਇਆ ਬੋਲਿਆ ਸੀ, ਨਹੀਂ ਬੀਬੀ, ਇਹ ਕੁਝ ਤਾਂ ਇਸ ਕਿੱਤੇ ਦਾ ਤੇ ਜ਼ਿੰਦਗੀ ਦਾ ਹਿੱਸਾ ਹੈ। ਫਿਰ ਕੀ ਹੋਇਆ, ਜੇ ਇੱਕ ਪ੍ਰੋਗਰਾਮ ਕੈਂਸਲ ਹੋ ਗਿਆ ਆਪਾਂ ਨੂੰ ਇੰਨੇ ਪ੍ਰੋਗਰਾਮ ਡਿੱਗਣੇ ਨੇ, ਆਪਣੇ ਤੋਂ ਕਰ ਨਹੀਂ ਹੋਣੇ, ਆਪਾਂ ਆਪ ਜਵਾਬ ਦਿਆ ਕਰਾਂਗੇ। ਚਮਕੀਲੇ ਦਾ ਇਹ ਜਵਾਬ ਸੁਣ ਕੇ ਅਮਰਜੋਤ ਦੇ ਚਿਹਰੇ ਉੱਤੇ ਰੌਣਕ ਆ ਗਈ ਸੀ। ਅਗਲਾ ਪ੍ਰੋਗਰਾਮ 15-20 ਦਿਨਾਂ ਤੱਕ ਸੀ। ਅਮਰਜੋਤ ਨੂੰ ਇਸ ਗੱਲ ਦਾ ਇਲਮ ਸੀ
ਅਮਰਜੋਤ ਚਮਕੀਲੇ ਨੂੰ ਕਹਿੰਦੀ ਮੈਂ ਫਰੀਦਕੋਟ ਚਲੀ ਜਾਵਾਂ, ਇੱਥੇ ਵਿਹਲੀ ਕੀ ਕਰੂੰਗੀ। ਚਮਕੀਲੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਉਸਨੂੰ ਸੀ ਕਿ ਅਮਰਜੋਤ ਇੱਕ ਵਾਰ ਚਲੀ ਗਈ ਤਾਂ ਉਸਨੂੰ ਵਾਪਸ ਲਿਆਉਣਾ ਬਹੁਤ ਮੁਸ਼ਕਲ ਹੋਵੇਗਾ, ਖਾਸ ਕਰਕੇ ਪਹਿਲਾਂ ਹੀ ਪ੍ਰੋਗਰਾਮ ਕੈਂਸਲ ਹੋ ਜਾਣ ਕਰਕੇ। ਇਹ ਵੀ ਹੋ ਸਕਦਾ ਸੀ ਕਿ ਫਰੀਦਕੋਟ ਜਾ ਕੇ ਉਹ ਕਿਸੇ ਹੋਰ ਨਾਲ ਸੈੱਟ ਬਣਾ ਲਵੇ। ਚਮਕੀਲਾ ਕਿਸੇ ਕੀਮਤ ਉੱਤੇ ਉਸਨੂੰ ਜਾਣ ਨਹੀਂ ਸੀ ਦੇਣਾ ਚਾਹੁੰਦਾ, ਪਰ ਉੱਥੇ ਰੱਖਣ ਦੀ ਵੀ ਉਸ ਕੋਲ ਕੋਈ ਠੋਸ ਵਜ੍ਹਾ ਨਹੀਂ ਸੀ। ਐਨ ਮੌਕੇ ਤੇ ਚਮਕੀਲੇ ਨੇ ਆਪਣਾ ਪੈਂਤਰਾ ਖੇਡ ਦਿੱਤਾ ਸੀ। ਨਹੀਂ ਨਹੀਂ, ਆਪਾਂ ਰਿਕਾਰਡਿੰਗ ਵਾਲੇ ਗੀਤਾਂ ਦੀ ਰਿਹਾਸਲ ਕਰਦੇ ਹਾਂ, ਤੁਸੀਂ ਜਾ ਕੇ ਕੀ ਕਰਨਾ ਹੈ। ਅਮਰਜੋਤ ਨੂੰ ਇਹ ਗਿਆਨ ਨਹੀਂ ਸੀ ਕਿ ਚਮਕੀਲਾ ਉਸਨੂੰ ਰੋਕਣ ਲਈ ਬਹਾਨਾ ਬਣਾ ਰਿਹਾ ਸੀ। ਅਮਰਜੋਤ ਨੇ ਚਮਕੀਲੇ ਨੂੰ ਰੋਕਣ ਦੀ ਰਜ਼ਾਮੰਦੀ ਪ੍ਰਗਟਾਉਂਦਿਆਂ ਕਿਹਾ ਸੀ, ਅੱਛਾ ਤਾਂ ਸਾਨੂੰ ਭੈਣਾਂ ਭਰਾਵਾਂ ਨੂੰ ਰਹਿਣ ਲਈ ਇੱਕ ਕਮਰਾ ਕਿਰਾਏ ਤੇ ਲੈ ਦਿਓ। ਚਮਕੀਲੇ ਨੇ ਫੌਰਨ ਟਿੱਕੀ ਨੂੰ ਕਮਰਾ ਲੱਭਣ ਭੇਜ ਦਿੱਤਾ ਸੀ। ਟਿੱਕੀ ਪੁੱਛ ਪੜਤਾਲ ਕਰਦਾ ਅਸ਼ੋਕੀ ਸਕੂਟਰ ਵਾਲੇ ਕੋਲ ਚਲਾ ਗਿਆ ਸੀ। ਕੁਦਰਤੀ ਉੱਥੇ ਕਲਾਕਾਰ ਬਲਦੇਵ ਸਿੰਘ ਸਬਰ ਬੈਠਾ ਸੀ ਤੇ ਉਸ ਕੋਲ ਲਾਜਪਤ ਨਗਰ ਇੱਕ ਕਮਰਾ ਖਾਲੀ ਸੀ। ਟਿੱਕੀ ਨੂੰ ਉਸਨੇ ਉਹ ਕਮਰਾ ਦਿਖਾ ਦਿੱਤਾ ਸੀ। ਟਿੱਕੀ ਆ ਕੇ ਅਮਰਜੋਤ, ਪੱਪੂ ਤੇ ਚਮਕੀਲੇ ਨੂੰ ਕਮਰਾ ਦਿਖਾਉਣ ਲੈ ਗਿਆ ਸੀ। ਕਮਰਾ ਦਿਖਾ ਕੇ ਚਮਕੀਲੇ ਨੇ ਅਮਰਜੋਤ ਨੂੰ ਪੁੱਛਿਆ ਸੀ, ਤੁਹਾਨੂੰ ਕਮਰਾ ਪਸੰਦ ਹੈ? ਅਮਰਜੋਤ ਨੇ ਕਮਰੇ ਵਿੱਚ ਚਾਰ ਚੁਫੇਰੇ ਨਜ਼ਰ ਘੁਮਾਈ ਸੀ। ਕਮਰਾ ਤਾਂ ਪਸੰਦ ਹੈ, ਪਰ ਤੁਸੀਂ ਇਹਨਾਂ ਨਾਲ ਕਿਰਾਏ ਦੀ ਗੱਲ ਖੋਲ ਲਵੋ। ਹਾਂਜੀ ਸਬਰ ਜੀ, ਬੋਲੋ। ਚਮਕੀਲੇ ਨੇ ਮਕਾਨ ਮਾਲਕ ਨੂੰ ਪੁੱਛਿਆ ਸੀ, 550 ਪ੍ਰਤੀ ਮਹੀਨਾ ਲਵਾਂਗਾ। ਸਬਰ ਦੀ ਗੱਲ ਸੁਣ ਕੇ ਅਮਰਜੋਤ ਨੇ ਭਾਅ ਕਰਨ ਲਈ ਆਖ ਦਿੱਤਾ ਸੀ, ਅਸੀਂ ਤਾਂ 500 ਦੇਵਾਂਗੇ। ਠੀਕ ਹੈ ਜੀ, ਤੁਸੀਂ 500 ਦੇ ਦੇਣਾ। ਸਬਰ ਸਹਿਜੇ ਹੀ ਮੰਨ ਗਿਆ ਸੀ। ਚਮਕੀਲੇ ਨੇ ਝੱਟ 500 ਆਪਣੀ ਜੇਬ ਵਿੱਚੋਂ ਕੱਢ ਕੇ ਮਕਾਨ ਮਾਲਕ ਨੂੰ ਫੜਾ ਦਿੱਤਾ ਸੀ। ਉਹਦੇ ਉੱਤੇ ਬੈਠ ਕੇ ਅਮਰਜੋਤ ਨੂੰ ਸੰਬੋਧਨ ਹੋਇਆ ਸੀ, ਲਿਆ ਬੀਬੀ ਕਾਪੀ ਤੈਨੂੰ ਗੀਤ ਲਿਖ ਕੇ ਦੇਵਾਂ। ਟਿੱਕੀ ਦੇ ਆਉਣ ਤੇ ਰਿਹਾਸਲ ਸ਼ੁਰੂ ਹੋ ਗਈ ਸੀ। ਇੰਜ ਤਕਰੀਬਨ 2-2.5 ਹਫਤੇ ਰਿਕਾਰਡਿੰਗ ਵਾਲੇ ਗੀਤਾਂ ਦੀ ਰਿਹਾਸਲ ਚਲਦੀ ਨੂੰ ਹੋਏ ਸਨ ਕਿ ਇੱਕ ਦਿਨ ਦਫ਼ਤਰ ਦਾ ਕਲਰਕ ਕੁਲਵਿੰਦਰ ਸਿੰਘ ਕੁੱਕੀ ਦਿੱਲੀਓਂ ਕੰਪਨੀ ਵਾਲਿਆਂ ਦੀ ਚਿੱਠੀ ਲੈ ਕੇ ਰਿਹਾਸਲ ਵੇਲੇ ਆ ਗਿਆ ਸੀ। ਉਸ ਚਿੱਠੀ ਵਿੱਚ ਇੱਕ ਚਮਕੀਲੇ ਨੂੰ ਅਗਲੀ ਰਿਕਾਰਡਿੰਗ ਲਈ ਤਾਰੀਖ ਦਿੱਤੀ ਹੋਈ ਸੀ। ਚਿੱਠੀ ਪੜ੍ਹ ਕੇ ਚਮਕੀਲੇ ਤੇ ਅਮਰਜੋਤ ਮੂਹਰੇ ਰੱਖ ਦਿੱਤੀ ਸੀ, ਲੈ ਬੀਬੀ ਤੇਰੇ ਸਿਰ ਪਾਰਟੀ ਹੋ ਗਈ। ਚਿੱਠੀ ਪੜ੍ਹ ਕੇ ਅਮਰਜੋਤ ਖੁਸ਼ੀ ਵਿੱਚ ਖਿਵੀ ਹੋ ਗਈ। ਬੋਲੋ ਕੀ ਖਾਣਾ ਪੀਣਾ? ਚਮਕੀਲਾ ਮੀਟ ਖਾਣ ਤੇ ਸ਼ਰਾਬ ਪੀਣ ਦਾ ਸ਼ੌਕੀਨ ਸੀ। ਉਹਨੇ ਜੇਬ ਚੋਂ ਪੈਸੇ ਕੱਢ ਕੇ ਪੱਪੂ ਨੂੰ ਦੇ ਦਿੱਤੇ ਸਨ, ਲੈ ਪੱਪੂ ਬੋਤਲ ਤੇ ਕਿਲੋ ਮੀਟ ਲੈ ਆ। ਟਿੱਕੀ ਨੂੰ ਚਮਕੀਲੇ ਨੇ ਆਪਣੇ ਕਮਰੇ ਚੋਂ ਸਟੋਵ, ਪਤੀਲਾ, ਲੂਣ, ਮਿਰਚ, ਹਲਦੀ, ਮੀਟ ਮਸਾਲਾ, ਲਸਣ, ਅਦਰਕ ਤੇ ਪਿਆਜ਼ ਲੈਣ ਭੇਜ ਦਿੱਤਾ ਸੀ। ਚਮਕੀਲਾ ਤੇ ਟਿੱਕੀ ਲਸਣ ਛਿੱਲਣ ਲੱਗ ਪਏ ਸਨ ਜਦ ਨੂੰ ਪੱਪੂ ਬੋਤਲ ਤੇ ਮੀਟ ਲੈ ਕੇ ਆ ਗਿਆ ਸੀ। ਅਮਰਜੋਤ ਮੀਟ ਬਣਾਉਣ ਵਿੱਚ ਰੁੱਝ ਗਈ ਸੀ। ਤਿੰਨੋਂ ਜਣੇ ਦਾਰੂ ਪੀਣ ਲੱਗ ਪਏ ਸਨ। ਕਾਫੀ ਦੇਰ ਬਾਅਦ ਦਾਰੂ ਪੀ ਕੇ ਖੁਸ਼ੀ ਖੁਸ਼ੀ ਚਮਕੀਲਾ ਤੇ ਟਿੱਕੀ ਉੱਥੋਂ ਚਲੇ ਗਏ ਸਨ। ਟਿੱਕੀ ਆਪਣੇ ਕਮਰੇ ਨੂੰ ਵਗ ਗਿਆ ਸੀ ਤੇ ਚਮਕੀਲਾ ਆਪਣੇ ਪਿੰਡ ਦੂਰੀ ਨੂੰ ਚਲਾ ਗਿਆ ਸੀ। ਅਗਲੇ ਦਿਨ ਚਮਕੀਲੇ ਤੇ ਅਮਰਜੋਤ ਨੇ ਕੇਵਲ 2 ਘੰਟੇ ਰਿਹਾਸਲ ਕੀਤੀ ਸੀ, ਕਿਉਂਕਿ ਉਸ ਤੋਂ ਇੱਕ ਦਿਨ ਬਾਅਦ ਨਕੋਦਰ ਕੋਲ ਬਿੱਲੀ ਵੜੈਚ ਪ੍ਰੋਗਰਾਮ ਕਰਨ ਜਾਣਾ ਸੀ। ਬਿੱਲੀ ਵੜੈਚ ਪ੍ਰੋਗਰਾਮ ਤੇ ਲੋਕਾਂ ਦਾ ਬਹੁਤ ਭਾਰੀ ਇਕੱਠ ਸੀ। ਚਮਕੀਲਾ ਅਮਰਜੋਤ ਨੂੰ ਲੈ ਕੇ ਸਟੇਜ ਤੇ ਗਿਆ ਤਾਂ ਮੂਲੀ ਕਤਾਰ ਵਿੱਚ ਬੈਠਾ ਇੱਕ ਬੰਦਾ ਉੱਚੀ ਆਵਾਜ਼ ਵਿੱਚ ਬੋਲਿਆ ਸੀ, ਬੱਲੇ ਚਮਕੀਲਿਆ, ਪੁਰਜਾ ਬਹੁਤ ਵਧੀਆ ਪੱਟ ਕੇ ਲਿਆਇਆ। ਪਹਿਲੀ ਵਾਰੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਸਟੇਜ ਤੇ ਰੂਬਰੂ ਹੋਏ ਤਾਂ ਦੇਖਣ ਸੁਣਨ ਵਾਲੇ ਹਸ਼ ਕਰ ਉੱਠੇ ਸਨ। ਅਮਰਜੋਤ ਨੂੰ ਇਸ ਪਹਿਲੇ ਅਖਾੜੇ ਤੋਂ ਹੀ ਅਹਿਸਾਸ ਹੋ ਗਿਆ ਸੀ ਕਿ ਲੋਕਾਂ ਨੇ ਉਹਨਾਂ ਦੀ ਜੋੜੀ ਨੂੰ ਕਬੂਲ ਲਿਆ ਸੀ। ਇਸ ਤੋਂ ਬਾਅਦ ਚਮਕੀਲੇ ਤੇ ਅਮਰਜੋਤ ਨੂੰ ਪ੍ਰੋਗਰਾਮਾਂ ਦਾ ਮੀਂਹ ਵਰਨ ਲੱਗ ਪਿਆ ਸੀ। ਦੋਸਤੋ, ਇਹ ਕਿੱਸਾ ਮੈਂ ਸ਼ਹੀਦ ਕਿਤਾਬ ਬਲਰਾਜ ਸਿੰਘ ਸਿੱਧੂ ਦੀ ਭਾਗ 14 ਤੋਂ ਪੜ੍ਹ ਕੇ ਸੁਣਾਇਆ ਹੈ। ਇਸੇ ਤਰ੍ਹਾਂ ਅਗਲੀ ਵੀਡੀਓ ਜਲਦ ਹਾਜ਼ਰ ਕਰਾਂਗੇ। ਹੁਣ ਲਈ ਦਿਓ ਇਜਾਜ਼ਤ, ਸਾਡਾ ਪੰਜਾਬੀ ਵਿਰਸਾ ਤੇ ਡੁਗਰੀ ਦੇ ਨਾਲ। ਨਵੀਂ ਮੁਕਲਾਵੇ ਨੀ ਤਾਈ ਨੂਰ ਹੁਜ ਢੋਲੇ ਦੀਆਂ ਲਾਵੇ।
ਪਾਉਂਦਾ ਹੈ।